पंजाब दी अत सुरक्षित जेलां दे विचों जानी जांदी नाभा दी मैक्सिमम सिक्योरिटी जेल दे विच पुलिस दे वल्लों अचनचेत चैकिंग दे दौरान 12 मोबाइल फोन 14 चार्जर 3 वाईफाई डोंगलां मिलण दे नाल एक बार फिर तो नाभा जेल सुरखियां दे विच आ गई है। दरअसल ए मोबाइल इको बैरक 6 नंबर दे विच बंदी सिंघां तों बरामद कीते जाण दा दावा कीता जा रिहा है, जो कि पिछले 9 दिनां तों लगातार भुख हड़ताल दे उत्ते ने। बीती 29 जून नूं 5 बंदी सिंघां नूं जेल प्रशासन दे वल्लों वख-वख पंजाब दीआं जेलां दे विच तब्दील कीते जाण तों बाद रोस दे वजों इन्हां बंदी सिंघां दे वल्लों हड़ताल रखी गई सी। इस मौके दे उत्ते नाभा दे DSP राजेश शिबर ने जानकारी दिंदे होए दस्सिया है कि इन्हां सारे बंदी सिंघां दे खिलाफ 52A प्रिजन एक्ट दे तहत मामला दर्ज कर लिता गया है। इना तो ए भी पुछगिछ की जा रही है कि इना दे कोल मोबाइल फोन किवें पहुंचे। हुण वेखना होवेगा कि बंदी सिंघां दी बैरक दे विचों मिले मोबाइलां दे इस जखीरे तो बाद हुण पंजाब पुलिस दे वल्लों की कारवाई की जाती है। ਇਸ ਦੌਰਾਨ ਅਸੀਂ 8 ਸਮਾਰਟਫੋਨ ਤੇ 4 ਕੀਪੈਡ ਫੋਨ, 3 ਡੋਂਗਲ ਤੇ ਈਅਰਫੋਨ ਤੋਂ ਇਲਾਵਾ 12 ਦੇ ਕਰੀਬ 14 ਦੇ ਕਰੀਬ ਚਾਰਜਰ ਬਰਾਮਦ ਕੀਤੇ ਨੇ ਜੀ। ਇਹ ਸਾਰੇ ਬੰਦੀ ਸਿੰਘਾਂ ਤੋਂ ਕਿੱਥੇ ਨੇ? ਹਾਂਜੀ, ਜਿੱਥੇ ਬੰਦ ਸੀ ਉਸ ਬਲਾਕ ਦੇ ਵਿੱਚ ਹੀ ਹੋਏ ਨੇ, ਉਹਨਾਂ ਦੀ ਗਿਣਤੀ ਉੱਥੇ ਹੀ ਹੈ। ਪਿਛਲੇ 8-9 ਦਿਨਾਂ ਤੋਂ ਭੁੱਖ ਹੜਤਾਲ ਤੇ ਇਹਨਾਂ ਦਾ ਮਕਸਦ ਕੀ ਸੀ? ਮਕਸਦ ਡਿਪਾਰਟਮੈਂਟ ਨੂੰ ਪ੍ਰੈਸ਼ਰਾਈਜ਼ ਕਰਕੇ ਕਰਨਾ ਸੀਗਾ ਜੀ, ਅਤੇ ਆਪਣੀ ਗਲਤ ਜਿਹੜੀਆਂ ਚੱਲ ਰਹੀਆਂ ਸੀ ਕਾਰਵਾਈਆਂ ਉਹਨਾਂ ਨੂੰ ਕੰਟੀਨਿਊ ਰੱਖਣਾ ਸੀਗਾ। ਪਰ ਅਸੀਂ ਇਹਦੇ ਪਿੱਛੇ ਕਾਫੀ ਸਮੇਂ ਤੋਂ ਪਏ ਸੀ, ਜਿੱਦਾਂ ਤੁਹਾਨੂੰ ਪਹਿਲਾਂ ਪਤਾ ਫਰਵਰੀ ਦੇ ਮਹੀਨੇ ਵਿੱਚ ਵੀ ਇਹਨਾਂ ਨੇ ਇੱਕ ਇਸ਼ੂ ਬਣਾਇਆ ਸੀ, ਉਹ ਸਾਰੇ ਇਹਦੇ ਚੱਲਦੇ ਹਾਂਜੀ ਜਿਹਦੇ ਕੁਝ ਵੀ ਸਾਹਮਣੇ ਨਹੀਂ ਆਇਆ। ਸਾਰਿਆਂ ਨੂੰ ਪਤਾ ਤੁਸੀਂ ਉੱਥੇ ਸੀ, ਮੌਕੇ 'ਤੇ ਮੌਜੂਦ ਸੀ ਜਦੋਂ ਸਿੰਘ ਸਾਹਿਬਾਨਾਂ ਵੱਲੋਂ ਟੀਮ ਭੇਜੀ ਗਈ ਸੀ। ਉਸੇ ਗੱਲ ਨੂੰ ਦੁਬਾਰਾ ਫਿਰ ਲੈ ਕੇ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜਿਹਦੇ ਚੱਲਦੇ ਅੱਜ ਅਸੀਂ ਆ ਸਾਰਾ ਕੁਝ ਉਹਨਾਂ ਦਾ ਪਰਦਾਫਾਸ਼ ਸਾਰੇ ਇੱਕੋ ਬੈਰਕ 'ਚੋਂ ਬਰਾਮਦ ਕੀਤੇ, ਇੱਕ ਹੀ ਬਲੋਕ ਦੇ ਵਿੱਚੋਂ। ਹਾਂਜੀ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਹੈਗਾ ਇੱਥੇ ਮਿਲੀ ਭੁਗਤ ਕਰਕੇ ਜਾਂ ਤੁਹਾਡੇ ਅਧਿਕਾਰੀ ਨੇ ਉਹ ਅੰਦਰ ਪਹੁੰਚਾਉਂਦੇ ਰਹੇ ਇੱਕ ਕਰਕੇ, ਜਦੋਂ ਕਿ CCTV ਕੈਮਰੇ ਲੱਗੇ ਹੋਏ ਨੇ, ਹਰ ਇੱਕ ਤਲਾਸ਼ੀ ਹੁੰਦੀ ਹੈ ਇੱਥੇ। ਇਹਨਾਂ ਦੀਆਂ ਜਿਹੜਾ ਬਲੋਕ ਸੀ ਉਹਦੇ ਵਿੱਚ 20 ਸੈੱਲ ਨੇ ਜੀ, 20 ਜੋ 10 ਸੈੱਲ ਦੇ ਵਿੱਚ ਪਹਿਲਾਂ CCTV ਲੱਗੇ ਹੋਏ ਸੀਗੇ, 10 ਦੇ ਵਿੱਚ ਹੁਣ ਮੰਨ ਜੋ DGP ਜ਼ਿਲ੍ਹਾ ਦੇ ਸਾਹਿਬ ਦੇ ਹੁਕਮ ਅਨੁਸਾਰ 10 ਦੇ ਵਿੱਚ ਜਿਹੜੇ ਰਹਿੰਦੀ ਚੱਕੀਆਂ ਦੇ ਵਿੱਚ ਵੀ CCTV ਲਗਾਉਣ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਸਰ ਇਹ ਹੁਣ ਇੱਥੋਂ ਕਿੰਨੇ ਬਾਹਰ ਭੇਜੇ ਨੇ ਤੁਸੀਂ ਇੱਥੇ? ਇਸ ਜੇਲ੍ਹ ਤੋਂ ਅਸੀਂ 5 ਜਿਹੜੇ ਸੀਗੇ ਇਹਨਾਂ ਨਾਲ ਅਨਲਾਫੁਲ ਐਕਟੀਵਿਟੀਜ਼ ਬੰਦੀ ਟ੍ਰਾਂਸਫਰ ਕੀਤੇ ਸੀ, ਜਿਹਦੇ ਰੋਸ ਵਜੋਂ ਇਹਨਾਂ ਦੇ ਪ੍ਰੈਸ਼ਰ ਪਾ ਰਹੇ ਸੀ ਡਿਪਾਰਟਮੈਂਟ ਦੇ ਉਹਨਾਂ ਨੂੰ ਵਾਪਸ ਲਿਆਉਣ ਦਾ, ਅਤੇ ਬਾਕੀ ਧਰਮ ਦਾ ਮੁੱਦਾ ਵੀ ਬਣਾ ਰਹੇ ਸੀਗੇ। ਪਰ ਉਹਦੇ ਵਿੱਚ ਕੋਈ ਸੱਚਾਈ ਨਹੀਂ ਸੀਗੀ ਜੋ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਚੁੱਕੀ ਅੱਜ। ਇਹ ਕੇਵਲ ਦੇ ਕੇਵਲ ਜੋ ਆਪਣਾ ਗਲਤ ਅੰਦਰ ਕੰਮ ਕਰਦੇ ਸੀ ਉਹਨੂੰ ਹੀ ਕਿਸੇ ਨਾਲ ਕਿਸੇ ਤਰ੍ਹਾਂ ਜਸਟੀਫਾਈ ਕਰਨ ਦੀ ਕੋਸ਼ਿਸ਼। ਭੁੱਖ ਹੜਤਾਲ ਕਿਉਂ ਰੱਖੀ ਸੀ ਇਹਨਾਂ ਨੇ, ਕੀ ਕਾਰਨ ਸੀ? ਭੁੱਖ ਹੜਤਾਲ ਤਾਂ ਇਹਨਾਂ ਨੇ ਸੇਮੀ ਇੱਕ ਹੀ ਰੀਜ਼ਨ ਸੀ, ਜੋ ਵੀ ਬਿਲਕੁਲ ਬੇਬੁਨਿਆਦ ਰਹੀ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਪ੍ਰਬੰਧਕੀ ਆਧਾਰ 'ਤੇ ਜਿਸ ਨੂੰ ਮਰਜ਼ੀ ਨੂੰ ਕਿਤੇ ਵੀ ਬਦਲ ਸਕਦਾ ਕੈਦੀ ਨੂੰ, ਅਤੇ ਮੁਲਾਜ਼ਮ ਦੀ ਵੀ ਬਦਲੀ ਹੋ ਸਕਦੀ ਹੈ, ਮੁਲਜ਼ਮ ਵੀ ਹੋ ਸਕਦੀ ਹੈ। ਇਹਨੂੰ ਬਿਨਾਂ ਮਤਲਬ ਹੀ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਜੋ ਕਿ ਬਿਲਕੁਲ ਵਾਜਬ ਨਹੀਂ ਸੀਗਾ। ਅਤੇ ਜਿਸ ਦੇ ਚੱਲਦੇ ਹਾਂ ਅਸੀਂ ਕਈ ਵਾਰੀ ਮੈਂ ਅਤੇ DSP ਸਾਹਿਬ ਅਸੀਂ ਇਹਨਾਂ ਦੀ ਕਾਉਂਸਲਿੰਗ ਕਰ ਚੁੱਕੇ ਹਾਂ, ਪਰ ਉਹ ਬੇਸਿੱਟਾ ਨਿਕਲੀ, ਜਦਕਿ ਇਹਦਾ ਸਿੱਧਾ ਇਹ ਹੁਣ ਇਹ ਸਾਬਤ ਹੋ ਚੁੱਕਿਆ ਵੀ ਉਹ ਬੰਦੀਆਂ ਨੂੰ ਨਾਲ ਲਿਜਾ ਕੇ ਜਿਹੜਾ ਅੰਦਰ ਆਪਾਂ ਕੰਮ ਕਰਦੇ ਸੀਗੇ ਇਸ ਚੀਜ਼ ਲਈ ਹੀ ਪ੍ਰੈਸ਼ਰਾਈਜ਼ ਕਰ ਰਹੇ ਸੀ ਡਿਪਾਰਟਮੈਂਟ। ਵੱਡਾ ਅਨੈਲਿਸਿਸ ਹੋ ਸਕਦਾ ਅਤੇ ਪਿੱਛੇ ਜਿਹੜੇ 12 ਮੋਬਾਈਲ ਅੰਦਰ ਰੋਜ਼? ਬਿਲਕੁਲ ਹੋ ਸਕਦਾ ਜੀ, ਉਹ ਇਨਵੈਸਟੀਗੇਸ਼ਨ 'ਚ DSP ਸਾਹਿਬ ਦੇਖਣਗੇ, ਲਿਆਉਣਗੇ ਸਾਹਮਣੇ, ਉਹ ਇਨਵੈਸਟੀਗੇਸ਼ਨ 'ਚ ਪਤਾ ਲੱਗੇਗਾ ਜੀ। ਇਹ ਹੁਣ ਸਾਰਿਆਂ 'ਤੇ ਕਿਹੜੀ ਧਾਰਾ ਦੇ ਤਹਿਤ? ਇਹ 52A ਦੇ ਪ੍ਰਿਜ਼ਨ ਐਕਟ ਦੇ ਤਹਿਤ ਪਰਚਾ ਹੋਏਗਾ ਜੀ, ਇਹਨਾਂ ਨੇ ਕਰ ਦਿੱਤੀ FIR DSP ਸਾਹਿਬ ਨੇ ਜੀ। ਕਿੰਨੇ ਬੰਦੇ ਦੇ ਕਿੱਥੇ ਗਏ? 16 ਬੰਦੇ ਦੇ ਇਸ ਟਾਈਮ ਬੰਦ ਨੇ ਜੀ, ਜਿਹੜੇ 5 ਇੱਥੋਂ ਚਲੇ ਗਏ ਨੇ। ਇਹ ਪੁੱਕੇ ਸੋਰਸ ਤੋਂ ਰਿਪੋਰਟ ਸੀ ਵੀ ਉਹ 5 ਮੋਬਾਈਲ ਯੂਜ਼ ਕਰਦੇ ਸੀਗੇ। ਉਹ ਵੀ ਨੋਮੀਨੇਟ ਕੀਤੇ ਗਏ? ਹਾਂਜੀ, ਨੋਮੀਨੇਟ ਕੀਤੇ ਗਏ ਨੇ ਜੀ। ਇਹ ਸਰ ਇੰਨੀ ਚੈਕਿੰਗ ਦੇ ਬਾਵਜੂਦ ਵੀ ਇੰਨਾ ਸਮਾਨ ਕਿਵੇਂ ਵਗ ਗਿਆ ਅੰਦਰ? ਇਹ ਦੇਖੋ ਜੀ, ਇਨਵੈਸਟੀਗੇਸ਼ਨ ਸਾਹਮਣੇ ਆ ਜਾਏਗਾ ਜੀ। ਇੱਕ ਦੋ ਵਾਰੀ ਸਾਡੇ ਕੋਈ ਮੁਲਾਜ਼ਮ ਵੀ ਫੜੇ ਗਏ ਨੇ ਅੰਦਰ ਕੀ ਅਰਦੇ, ਉਹ ਵੀ ਅਸੀਂ ਪਰਚੇ ਦਿੱਤੇ ਨੇ। ਜਿੱਦਾਂ ਪਿੱਛੇ ਜੇ ਅਸੀਂ ਦੇਖ ਕੇ ਅੱਡੇ ਐਂਡੀ ਦਾ ਪਰਚਾ, ਉਹ ਵੀ ਬਰਨਾਲਾ ਜੇਲ੍ਹ 'ਚ ਬੰਦਾ ਸ਼ਾਇਦ ਹੋ ਗਈ, ਉਹਦੀ ਜ਼ਮਾਨਤ ਹੋ ਗਈ ਹੁਣ। ਅਸੀਂ ਆਪਣੇ ਵੱਲੋਂ ਕਰਦੇ ਰਹਿੰਦੇ ਹਾਂ ਐਫਰਟ, DFC ਸਾਹਿਬ ਵੀ ਨਾਲੇ ਨਾਲ ਲੱਗੇ, ਜ਼ਿਲ੍ਹਾ ਪੁਲਿਸ ਵੀ ਲੱਗਦੀ ਆ, ਇਹ ਚੱਲੀ ਜਾਂਦਾ ਐਫਰਟ ਜੀ। ਕੋਈ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ ਬੰਦੇ ਸਾਰੇ। ਤੁਹਾਨੂੰ ਕਿੱਥੋਂ ਸ਼ੱਕ ਹੋਇਆ ਵੀ ਇਹ ਮੋਬਾਈਲ ਅੰਦਰ ਚੱਲ ਰਹੇ? ਇਹ ਤਾਂ ਸ਼ੱਕ ਤਾਂ ਸਾਰਿਆਂ ਦਾ ਹੀ ਹੁੰਦਾ, ਸ਼ੱਕ ਤਾਂ ਕਰਨਾ ਸਾਡਾ ਕੰਮ ਆ ਜੀ। ਅਸੀਂ ਸ਼ੁਰੂ ਤੋਂ ਹੀ ਇਹਨਾਂ 'ਤੇ ਅੱਖ ਰੱਖੀ ਸੀ, ਪਰ ਇਹ ਥੋੜ੍ਹਾ ਬਹੁਤਾ ਲੰਬੇ ਸਮੇਂ ਤੋਂ ਜੇਲ੍ਹ ਤੋਂ ਬੰਦ ਸੀਗੇ, ਅਤੇ ਇਹਨਾਂ ਨੇ ਬਾਕੀ ਜੇਲ੍ਹ ਬੰਦੀਆਂ ਦੇ ਉੱਪਰ ਧਰਮ ਦੇ ਨਾਂ ਨੂੰ ਲੈ ਕੇ ਜਾਂ ਆਪਣੇ ਕੇਸਾਂ ਦੇ ਨਾਂ ਨੂੰ ਲੈ ਕੇ, ਕਿਉਂਕਿ ਕੇਸ ਦਾ ਵੀ ਹਾਈਲਾਈਟ ਨੇ, ਉਹਦਾ ਪ੍ਰਭਾਵ ਸੀਗਾ, ਲੋਕ ਇਹਨਾਂ ਤੋਂ ਡਰਦੇ ਅੱਗੇ ਗੱਲ ਨਹੀਂ ਕਰਦੇ ਸੀਗੇ, ਅਤੇ ਕਿਤੇ ਨਾ ਕਿਤੇ ਮੈਂ ਕਹਿੰਦਾ ਮੁਲਾਜ਼ਮਾਂ 'ਤੇ ਵੀ ਇਹਨਾਂ ਦਾ ਪ੍ਰਭਾਵ ਹੋ ਸਕਦਾ। ਕਾਰਵਾਈ ਹੋਏਗੀ ਜੀ, ਜੀ ਬਿਲਕੁਲ ਹੋਏਗੀ ਕਾਰਵਾਈ, ਜੋ ਇਨਵੈਸਟੀਗੇਸ਼ਨ ਜਿਹੜਾ ਨੈਸੀ ਤੋੜਿਆ ਗਿਆ ਹੋ ਸਕਦਾ ਉਹਦੇ ਕਰਕੇ ਰਿਕਵਰੀ ਐਡੀ ਭਾਰੀ ਕੀਤੀ ਗਈ ਹੈ। ਬਿਲਕੁਲ ਜੀ ਬਿਲਕੁਲ, ਇਹ ਸਾਡੀ ਪਿਛਲੇ ਇੱਕ ਲੰਬੇ ਸਮੇਂ ਤੋਂ ਕੋਸ਼ਿਸ਼ ਸੀਗੀ, ਅਤੇ ਜੋ ਅੱਜ ਅਸੀਂ ਸਫਲ ਹੋਏ ਹਾਂ। ਚੱਲੇ ਸਾਡਾ 3-4 ਘੰਟੇ ਚੱਲੇ। ਕਿੰਨੇ ਮੋਬਾਈਲ ਵਗੈਰਾ, ਕਿੰਨੇ ਹੁਣ ਕੀ ਮਾਮਲਾ ਦਰਜ? 12 ਮੋਬਾਈਲ ਜੀ, 3 ਡੋਂਗਲ, 14 ਚਾਰਜਰ ਮਿਲੇ ਨੇ।
ਨਹੀਂ ਦੱਬੇ ਹੋਏ ਸੀਗੇ, ਅਲੱਗ ਅਲੱਗ ਜਗ੍ਹਾ ਤੇ ਸੀ, ਬੜਾ ਸਰਚ ਕਰਕੇ ਅਸੀਂ ਮਿਹਨਤ ਨਾਲ ਸਾਡੀ ਜੇ ਐਨ ਐਲ ਡੀ ਟੀਮ ਸੀ ਨਾਲ, ਐਂਟੀ ਸਬਟੇ ਟੀਮ ਨਾਲ, ਜੇਲ੍ਹ ਪ੍ਰਿਜ਼ਨ ਸਾਰੇ ਅਤੇ ਸਾਡੀ ਐਸ ਐਚ ਓ ਸਿਟੀ ਸਿਟੀ ਸਦਰ ਸਾਰੇ ਹੀ ਨਾਲ ਸੀਗੇ। ਕਿੰਨੇ ਨੰਬਰ ਬੈਰਕ? 6 ਨੰਬਰ ਬੈਰਕ ਤੋਂ, ਜਿੱਥੇ ਬੰਦੀ ਸਿੰਘ ਬੰਦ ਨੇ। ਬਿਲਕੁਲ ਜੀ ਬਿਲਕੁਲ, ਪ੍ਰੋਡਕਸ਼ਨ ਬ੍ਰਾਂਚ 'ਤੇ ਤਫਤੀਸ਼ ਦੌਰਾਨ ਪਰਚਾ ਕੇਸ ਰਜਿਸਟਰ ਕਰਕੇ ਪ੍ਰੋਡਕਸ਼ਨ ਬ੍ਰਾਂਚ 'ਤੇ ਲਿਆਏ ਜਾਣਗੇ, ਪੁੱਛਗਿੱਛ ਕੀਤੀ ਜਾਊਗੀ ਅਤੇ ਜਿੰਨੇ ਵੀ ਮੋਬਾਈਲ ਨੇ ਐੱਫ ਐੱਸ ਐੱਲ ਨੂੰ ਭੇਜੇ ਜਾਣਗੇ। ਜਿਹੜੇ ਵਿੱਚ ਜਿਹਨਾਂ ਨੂੰ ਕੋਲਾਂ ਕਰਦੇ ਸੀਗੇ ਉਹਨਾਂ ਨੂੰ ਵੀ ਰਾਊਂਡ ਅਪ ਕੀਤਾ ਜਾ, ਸਾਰਾ ਕੁਛ ਜੋ ਵੀ ਔਨ ਰਿਕਾਰਡ ਹੋਊਗਾ ਜੀ ਸਾਰਿਆਂ ਨੂੰ ਇਸ 'ਚ ਆਉਣਾ, ਤਫਤੀਸ਼ 'ਚ ਲਿਆਵਾਂਗੇ ਅਸੀਂ। ਨਾਭਾ ਤੋਂ ਗੁਰਦੀਪ ਸਿੰਘ ਟਿਵਾਣਾ ਦੀ ਰਿਪੋਰਟ, ਪਹਿਰੇਦਾਰ ਟੀਵੀ।